ਅੰਮ੍ਰਿਤਸਰ ਦੇ ਬੈਂਕ ਦੇ ਵਿੱਚ ਹੋਈ ਲੁੱਟ ਦੀ ਹੁਣ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿੱਥੇ HDFC ਬੈਂਕ ਦੇ ਵਿੱਚੋਂ ਇਹ ਲੁਟੇਰੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਇਸ ਸੰਬੰਧੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ 5 ਲੁਟੇਰੇ ਬਾਈਕ ਤੇ ਜਾਂਦੇ ਹੋਏ ਵਿਖੇ ਨੇ। ਤਾਂ 2 ਲੁਟੇਰੇ 1 ਬਾਈਕ ਤੇ ਹੁੰਦੇ ਨੇ, ਜਦਕਿ 3 ਲੁਟੇਰੇ ਦੂਸਰੀ ਬਾਈਕ ਤੇ ਜਾ ਰਹੇ ਹੁੰਦੇ ਨੇ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ HDFC ਬੈਂਕ ਦੇ ਅੰਦਰ ਵੜ ਕੇ ਪਹਿਲਾਂ ਤਾਂ ਕਰਮਚਾਰੀਆਂ ਨੂੰ ਬੰਧਕ ਬਣਾਇਆ ਗਿਆ ਤੇ ਸ਼ਟਰ ਲਗਾ ਕੇ 5 ਮਿੰਟਾਂ ਦੇ ਅੰਦਰ ਮੌਕੇ ਤੋਂ 25 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਇਹ ਹੁਣ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ 5 ਲੁਟੇਰੇ ਕੈਦ ਹੋਏ ਨੇ। ਤਾਂ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਕਈ ਫੋਨ ਵੀ ਚੁੱਕ ਲਏ ਗਏ ਸੀ, ਜੋ ਕਿ ਪੁਲਿਸ ਨੂੰ ਬਾਅਦ ਦੇ ਵਿੱਚੋਂ ਬਾਹਰ ਤੋਂ ਬਰਾਮਦ ਹੋ ਗਏ ਸੀ। ਤਾਂ ਲਗਾਤਾਰ ਇਹਨਾਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਇਸ ਸੰਬੰਧੀ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਲੁਟੇਰੇ ਕੈਦ ਹੋਏ ਨੇ। ਤਾਂ ਵੱਡੀ ਲੁੱਟ ਇਹਨਾਂ ਦੇ ਵੱਲੋਂ HDFC ਬੈਂਕ ਦੀ ਬ੍ਰਾਂਚ ਦੇ ਵਿੱਚ ਕੀਤੀ ਗਈ ਸੀ ਤੇ 25 ਲੱਖ ਰੁਪਏ ਦੀ ਨਕਦੀ ਲੁੱਟ ਕੇ ਇਹ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ, ਜਿੱਥੇ ਪਿੰਡ ਦੀ HDFC ਦੀ ਬ੍ਰਾਂਚ ਸੀ, ਜਿਸ ਦੇ ਵਿੱਚ 25 ਲੱਖ ਰੁਪਏ ਦੀ ਨਕਦੀ ਇਹਨਾਂ ਦੇ ਵੱਲੋਂ ਲੁੱਟੀ ਗਈ। ਤਾਂ 5 ਮਿੰਟਾਂ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਲੁਟੇਰਿਆਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਬੈਂਕ ਦੇ ਵਿੱਚ ਹੋਈ ਲੁੱਟ ਦੀ ਹੁਣ CCTV ਵੀਡੀਓ ਸਾਹਮਣੇ ਆਈ ਹੈ, ਜਿੱਥੇ HDFC ਬੈਂਕ ਦੇ ਵਿੱਚੋਂ ਇਹ ਲੁਟੇਰੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਇਸ ਸੰਬੰਧੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ 5 ਲੁਟੇਰੇ ਬਾਈਕ ਤੇ ਜਾਂਦੇ ਹੋਏ ਵਿਖੇ ਨੇ। ਤਾਂ 2 ਲੁਟੇਰੇ 1 ਬਾਈਕ ਤੇ ਹੁੰਦੇ ਨੇ, ਜਦਕਿ 3 ਲੁਟੇਰੇ ਦੂਸਰੀ ਬਾਈਕ ਤੇ ਜਾ ਰਹੇ ਹੁੰਦੇ ਨੇ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ HDFC ਬੈਂਕ ਦੇ ਅੰਦਰ ਵੜ ਕੇ ਪਹਿਲਾਂ ਤਾਂ ਕਰਮਚਾਰੀਆਂ ਨੂੰ ਬੰਧਕ ਬਣਾਇਆ ਗਿਆ ਤੇ ਸ਼ਟਰ ਲਗਾ ਕੇ 5 ਮਿੰਟਾਂ ਦੇ ਅੰਦਰ ਮੌਕੇ ਤੋਂ 25 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਇਹ ਹੁਣ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ 5 ਲੁਟੇਰੇ ਕੈਦ ਹੋਏ ਨੇ। ਤਾਂ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਕਈ ਫੋਨ ਵੀ ਚੁੱਕ ਲਏ ਗਏ ਸੀ, ਜੋ ਕਿ ਪੁਲਿਸ ਨੂੰ ਬਾਅਦ ਦੇ ਵਿੱਚੋਂ ਬਾਹਰ ਤੋਂ ਬਰਾਮਦ ਹੋ ਗਏ ਸੀ। ਤਾਂ ਲਗਾਤਾਰ ਇਹਨਾਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਇਸ ਸੰਬੰਧੀ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਲੁਟੇਰੇ ਕੈਦ ਹੋਏ ਨੇ। ਤਾਂ ਵੱਡੀ ਲੁੱਟ ਇਹਨਾਂ ਦੇ ਵੱਲੋਂ HDFC ਬੈਂਕ ਦੀ ਬ੍ਰਾਂਚ ਦੇ ਵਿੱਚ ਕੀਤੀ ਗਈ ਸੀ ਤੇ 25 ਲੱਖ ਰੁਪਏ ਦੀ ਨਕਦੀ ਲੁੱਟ ਕੇ ਇਹ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ, ਜਿੱਥੇ ਪਿੰਡ ਦੀ HDFC ਦੀ ਬ੍ਰਾਂਚ ਸੀ, ਜਿਸ ਦੇ ਵਿੱਚ 25 ਲੱਖ ਰੁਪਏ ਦੀ ਨਕਦੀ ਇਹਨਾਂ ਦੇ ਵੱਲੋਂ ਲੁੱਟੀ ਗਈ। ਤਾਂ 5 ਮਿੰਟਾਂ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਲੁਟੇਰਿਆਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਬੈਂਕ ਦੇ ਵਿੱਚ ਹੋਈ ਲੁੱਟ ਦੀ ਹੁਣ CCTV ਵੀਡੀਓ ਸਾਹਮਣੇ ਆਈ ਹੈ, ਜਿੱਥੇ HDFC ਬੈਂਕ ਦੇ ਵਿੱਚੋਂ ਇਹ ਲੁਟੇਰੇ 25 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਇਸ ਸੰਬੰਧੀ ਇਹ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ 5 ਲੁਟੇਰੇ ਬਾਈਕ ਤੇ ਜਾਂਦੇ ਹੋਏ ਵਿਖੇ ਨੇ। ਤਾਂ 2 ਲੁਟੇਰੇ 1 ਬਾਈਕ ਤੇ ਹੁੰਦੇ ਨੇ, ਜਦਕਿ 3 ਲੁਟੇਰੇ ਦੂਸਰੀ ਬਾਈਕ ਤੇ ਜਾ ਰਹੇ ਹੁੰਦੇ ਨੇ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ HDFC ਬੈਂਕ ਦੇ ਅੰਦਰ ਵੜ ਕੇ ਪਹਿਲਾਂ ਤਾਂ ਕਰਮਚਾਰੀਆਂ ਨੂੰ ਬੰਧਕ ਬਣਾਇਆ ਗਿਆ ਤੇ ਸ਼ਟਰ ਲਗਾ ਕੇ 5 ਮਿੰਟਾਂ ਦੇ ਅੰਦਰ ਮੌਕੇ ਤੋਂ 25 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਇਹ ਹੁਣ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ 5 ਲੁਟੇਰੇ ਕੈਦ ਹੋਏ ਨੇ। ਤਾਂ ਲਗਾਤਾਰ ਪੁਲਿਸ ਦੇ
ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਕਈ ਫੋਨ ਵੀ ਚੁੱਕ ਲਏ ਗਏ ਸੀ ਜੋ ਕਿ ਪੁਲਿਸ ਨੂੰ ਬਾਅਦ ਦੇ ਵਿੱਚੋਂ ਬਾਹਰ ਤੋਂ ਬਰਾਮਦ ਹੋ ਗਏ ਸੀ। ਤਾਂ ਲਗਾਤਾਰ ਇਹਨਾਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਇਸ ਸੰਬੰਧੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਲੁਟੇਰੇ ਕੈਦ ਹੋਏ ਨੇ। ਤਾਂ ਵੱਡੀ ਲੁੱਟ ਇਹਨਾਂ ਦੇ ਵੱਲੋਂ HDFC ਬੈਂਕ ਦੀ ਬ੍ਰਾਂਚ ਦੇ ਵਿੱਚ ਕੀਤੀ ਗਈ ਸੀ ਤੇ 25 ਲੱਖ ਰੁਪਏ ਦੀ ਨਕਦੀ ਲੁੱਟ ਕੇ ਇਹ ਫਰਾਰ ਹੋ ਗਏ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ ਜਿੱਥੇ ਪਿੰਡ ਦੀ HDFC ਦੀ ਬ੍ਰਾਂਚ ਸੀ ਜਿਸ ਦੇ ਵਿੱਚ 25 ਲੱਖ ਰੁਪਏ ਦੀ ਨਕਦੀ ਇਹਨਾਂ ਦੇ ਵੱਲੋਂ ਲੁੱਟੀ ਗਈ। ਤਾਂ 5 ਮਿੰਟਾਂ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਲੁਟੇਰਿਆਂ ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।